ਸਤਿ ਸ਼੍ਰੀ ਅਕਾਲ ਸਾਰੀਆਂ ਭੈਣਾਂ ਨੂੰ ਸਵਾਗਤ ਹੈ ਤੁਹਾਡਾ ਸਰਬ ਕ੍ਰੇਸ਼ਨ YouTube ਚੈਨਲ ਤੇ ਮੈਂ ਇਹ ਬੱਬਲ ਡਿਜ਼ਾਈਨ ਕਾਰਦੀ ਹਾਂ ਜਿਹੜੀ ਸਟੈਪ ਬਾਈ ਸਟੈਪ ਸਾਰੀ ਤੁਹਾਡੇ ਨਾਲ ਸਾਂਝੀ ਕਰ ਚੁੱਕੀ ਹਾਂ ਅੱਜ ਮੈਂ ਇਸ ਦੀ ਸਿਲਾਈ ਜਿਹੜੀ ਉਹ ਕਰਾਂਗੀ ਇਸ ਦੇ ਸਾਰੇ ਪਾਰਟ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ ਆਪਾਂ ਇਸ ਦੀ ਸਲਾਈ ਹੈ ਜਿਹੜੀ ਪਹਿਲੇ ਬਾਰਡਰ ਤੋਂ ਲੈ ਕੇ ਤੇ ਮੋਢੇ ਤੱਕ ਜਿਹੜੀ ਉਹ ਕਰਾਂਗੇ ਜਦੋਂ ਆਪਾਂ ਸਲਾਈ ਕਰਨੀ ਹੁੰਦੀ ਹੈ ਤਾਂ ਆਪਾਂ ਜਿਹੜਾ ਆਪਣਾ ਇਧਰਲਾ ਡਿਜ਼ਾਈਨ ਤੇ ਦੋਨਾਂ ਸਾਈਡਾਂ ਵਾਲਾ ਜਿਹੜਾ ਆਪਣਾ ਡਿਜ਼ਾਈਨ ਹੈ ਇਸ ਨੂੰ ਮਿਲਾਉਂਦੇ ਹੋਏ ਜਿਹੜੀ ਉਹ ਸਲਾਈ ਕਰਨੀ ਹੈ

ਹੁਣ ਆਪਾਂ ਜਿਹੜਾ ਇਹ ਧਾਗਾ ਇਸ ਤਰ੍ਹਾਂ ਹੀ ਵਿੱਚ ਕਰ ਲੈਣਾ ਆਪਾਂ ਤੇ ਜਿਹੜੀ ਆਪਣੀ ਸਲਾਈ ਆ ਆਪਾਂ ਕਰਨੀ ਹੈ ਇਧਰਲੀ ਉੱਪਰਲੀ ਚੈਣ ਤੇ ਇਧਰਲੀ ਜਿਹੜੀ ਉੱਪਰਲੀ ਚੈਣ ਉਸ ਵਿੱਚ ਦੀ ਆਪਾਂ ਆਪਣੀ ਸੂਈ ਕੱਢਾਂਗੇ ਤੇ ਸਲਾਈ ਜਿਹੜੀ ਆ ਕਰਾਂਗੇ ਇਹ ਸਲਾਈ ਜਿਹੜੀ ਆਪਾਂ ਡਿਜ਼ਾਈਨ ਨਾਲ ਡਿਜ਼ਾਈਨ ਆਪਣਾ ਮਿਲਾਉਂਦੇ ਹੋਏ ਸ਼ੇਅਰ ਕਰਾਂਗੇ ਇਸੇ ਤਰ੍ਹਾਂ ਮੈਂ ਦੀ ਸਲਾਈ ਹੈ ਜਿਹੜੀ ਮੋਢੇ ਤੱਕ ਆ ਜਿਹੜੀ ਕੰਪਲੀਟ ਕਰ ਲੈਣੀ ਹੈ ਮੈਂ ਇਹ ਸਲਾਈ ਹੈ ਜਿਹੜੀ ਮੋਢੇ ਤੱਕ ਕਰ ਲਈ ਹੈ ਹੁਣ ਇਹ ਆਪਣਾ ਮੋਢੇ ਵਾਲਾ ਤੱਗ ਆਪਾਂ ਇਸ ਦੀ ਇੱਥੇ ਨੋਟ ਇਸ ਤਰ੍ਹਾਂ ਲਗਾ ਲਵਾਂਗੇ ਇਹ ਧਾਗਾ ਜਿਹੜਾ ਆਪਾਂ ਕੱਟ ਲੈਣਾ ਹੁਣ ਇੱਕ ਪਾਸੇ ਦੀ ਸਿਲਾਈ ਜਿਹੜੀ ਆਪਣੀ ਹੋ ਚੁੱਕੀ ਹੈ ਇਸੇ ਤਰ੍ਹਾਂ ਆਪਾਂ ਜਿਹੜੀ ਆਪਣੀ ਦੂਜੇ ਪਾਸੇ ਦੀ ਸਿਲਾਈ ਆ ਉਹ ਕਰਨੀ ਹੈ ਇਹ ਆਪਣੇ ਦੋਨੇ ਹਿੱਸਿਆਂ ਦੀ ਸਿਲਾਈ ਹੈ ਜਿਹੜੀ ਉਹ ਮੈਂ ਕਰ ਲਈ ਹੈ ਇਧਰਲੀ ਸਾਈਡ ਵੀ ਤੇ ਆਪਣੀ ਇਧਰਲੀ ਸਾਈਡ ਵੀ ਇਹ ਸਿੱਧੇ ਪਾਸੇ ਤੋਂ ਜਿਹੜਾ ਆਪਣਾ ਡਿਜ਼ਾਈਨ ਬਿਲਕੁਲ ਵਧੀਆ ਆਇਆ ਉਹ ਡਿਜ਼ਾਈਨ ਨਾਲ ਜਿਹੜਾ ਆਪਣਾ ਲਾਈਨ ਨਾਲ ਲੈਣ ਜਿਹੜੀ ਉਹ ਮਿਲ ਕੇ ਆਈ ਹੈ ਇਸ ਲਈ ਜਦੋਂ ਆਪਾਂ ਸिलाई ਕਰਦੇ ਆਂ ਕਾੜ ਦੀ ਗਾਂ ਦੀ ਤੇ ਆਪਾਂ ਜਿਹੜਾ ਆਪਣਾ ਡਿਜ਼ਾਈਨ ਨਾਲ ਡਿਜ਼ਾਈਨ ਕੁਝ ਨੂੰ ਮਿਲਾਉਂਦੇ ਹੋਏ ਸिलाई ਕਰਨੀ ਤਾਂ ਜੋ ਜਿਹੜਾ ਆਪਣਾ ਡਿਜ਼ਾਈਨ ਹੈ ਅੱਗੇ ਪਿੱਛੇ ਨਾ ਹੋਵੇ ਹੁਣ ਇਸੇ ਤਰ੍ਹਾਂ ਆਪਾਂ ਆਪਣੀ ਪਾਕਟ ਦੀ ਸਲਾਈ ਕਰਾਂਗੇ ਇਹ ਇੱਕ ਪਾਸੇ ਦੀ ਸਲਾਈ ਜਿਹੜੀ ਮੈਂ ਕਰ ਲਈ ਹੈ ਹੁਣ ਮੈਂ ਦੂਸਰੇ ਪਾਸੇ ਦੀ ਸਲਾਈ ਜਿਹੜੀ ਤੁਹਾਨੂੰ ਦੱਸਾਂਗੀ ਆਪਾਂ ਇਹ ਤਾਗੀ ਦੀ ਜਿਹੜੀ ਇੱਥੇ ਨੋਟ ਲਗਾ ਲੈਣੀ ਹੈ ਨੋਟ ਲਗਾਉਣ ਤੋਂ ਬਾਅਦ ਹੁਣ ਆਪਾਂ ਆਪਣੀ ਸਲਾਈ ਜਿਹੜੀ ਸ਼ੁਰੂ ਕਰਾਂਗੇ ਹੁਣ ਆਪਾਂ ਇੱਕ ਤਾਗਾ ਜਿਹੜਾ ਉੱਪਰੋਂ ਇਧਰੋਂ ਚੱਕਾਂਗੇ ਤੇ ਜਿਹੜੀ ਆਪਣੀ ਪੌਕਟ ਵਾਲੀ ਚੈਨ ਹੋਊਗੀ ਤੇ ਉਸੇ ਦੀ ਜਿਹੜੀ ਆਪਾਂ ਸੂਈ ਕੱਢ ਕੇ ਆਪਣੀ ਜਿਹੜੀ ਇਹ ਸਲਾਈਏ ਕਰਾਂਗੇ ਇੱਧਰ ਮੇਸੀ ਤਰ੍ਹਾਂ ਸਲਾਈ ਕੀਤੀ ਹੈ ਤੇ ਬਹੁਤ ਹੀ ਸੋਹਣੀ ਲੱਗਦੀ ਹੈ ਬਿਲਕੁਲ ਵੀ ਪਤਾ ਨਹੀਂ ਲੱਗਦਾ ਸਲਾਈ ਕੀਤੀ ਦਾ ਇਧਰ ਆ ਪੈੜਾ ਉੱਪਰਲਾ ਕੁੰਡਾ ਠਾਉਂਦੇ ਜਾਣ ਤੇ ਇਧਰੋਂ ਆਪਣੀ ਚੈਨ ਵੇਚਦੀ ਸੂਈ ਕੱਢ ਕੇ ਸਲਾਈ ਜਿਹੜੀ ਆਪਾਂ ਕਰਦੇ ਜਾਵਾਂਗੇ ਇਹ ਐ ਪੈਤੋਂ ਦਾ ਕਿ ਸਿੱਧਰਾਂ ਸਲਾਈ ਕਰ ਲੈਣੀ ਹੈ ਤੇ ਫਿਰ ਇੱਥੇ ਆਪਣੀ ਨੋਟ ਲਗਾ ਦੇਣੀ ਹੈ ਹੁਣ ਮੈਂ ਸਲਾਈ ਜਿਹੜੀ ਆਪਣੀ ਇੱਥੋਂ ਤੱਕ ਕਰ ਲਈ ਹੈ ਹੁਣ ਇੱਥੇ ਆਪਾਂ ਜਿਹੜੀ ਨੋਟ ਲਗਾ ਦੇਣੀ ਹੈ ਫਿਰ ਆਪਣਾ ਤਾਗਾ ਜਿਹੜਾ ਥੋੜਾ ਜਿਹਾ ਇਸ ਨੂੰ ਵਿੱਚ ਕਰ ਦੇਣ ਤਾਂ ਜੋ ਆਪਣਾ ਪਤਾ ਨਾ ਲੱਗੇ ਨੋਟ ਲਗਾਈ ਦਾ ਇਸ ਤੋਂ ਬਾਅਦ ਆਪਾਂ ਇਸ ਨੂੰ ਇੱਥੇ ਕੱਟ ਦੇਣਾ। ਇਸੇ ਤਰ੍ਹਾਂ ਆਪਣੀ ਪੌਕਟ ਦੀ ਸਲਾਈ ਜਿਹੜੀ ਹੋ ਚੁੱਕੀ ਹੈ। ਤੇ ਦੂਸਰੀ ਪੌਕਟ ਦੀ ਸਲਾਈ ਵੀ ਆਪਾਂ ਇਸੇ ਤਰ੍ਹਾਂ ਹੀ ਕਰ ਲੈਣੀ ਹੈ। ਇਹ ਦੋਨਾਂ ਪੌਕਟਾਂ ਦੀ ਸਲਾਈ ਜਿਹੜੀ ਆਪਣੀ ਹੋ ਚੁੱਕੀ ਹੈ। ਹੁਣ ਆਪਾਂ ਆਪਣੀ ਬਟਨ ਪੱਟੀ ਦੀ ਜਿਹੜੀ ਉਹ ਸਲਾਈ ਕਰਾਂਗੇ। ਇਹ ਬਟਨ ਪੱਟੀ ਦਾ ਟੱਗਾ ਜਿਹੜਾ ਆਪਾਂ ਜ਼ਿਆਦਾ ਰੱਖਿਆ ਹੋਇਆ ਸੀ ਆਪਾਂ ਉਸੇ ਨਾਲ ਹੀ ਸਲਾਈ ਜਿਹੜੀ ਉਹ ਕਰ ਲੈਣੀ ਹੈ ਇਹ ਬਟਨ ਪੱਟੀ ਦੀ ਸਲਾਈ ਜਿਹੜੀ ਆਪਾਂ ਇਧਰੋਂ ਆਪਾਂ ਬਟਨ ਪੱਟੀ ਦੀ ਜੈਣ ਤੇ ਇਧਰੋਂ ਆਪਾਂ ਆਪਣੀ ਇਹ ਇਧਰ ਲੀਜੈਣ ਇਹ ਸਲਾਈ ਜਿਹੜੀ ਆਪਾਂ ਸਾਰੀ ਇਸੇ ਤਰ੍ਹਾਂ ਕਰ ਲੈਣੀ ਹੈ ਇਸੇ ਤਰ੍ਹਾਂ ਆਪਾਂ ਆਪਣੀ ਸਾਰੀ ਸਲਾਈ ਜਿਹੜੀ ਆ ਕੰਪਲੀਟ ਕਰ ਲੈਣੀ ਹੈ। ਤੁਹਾਡੀ ਗਾਂਦੀ ਜਿਹੜੀ ਸਲਾਈ ਆ ਉਹ ਆਪਾਂ ਕਰ ਲਈ ਹੈ। ਇਹ ਬਣ ਕੇ ਜਿਹੜੀ ਬਹੁਤ ਹੀ ਸੋਹਣੀ ਤਿਆਰ ਹੋਈ ਹੈ। ਵੀਡੀਓ ਵਧੀਆ ਲੱਗੀ ਹੋ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ।